ਪੜੇ ਪੁੜੇ ਨਹੀਂ ਜਮਾ ਅਜੇ ਇਹਨਾਂ ਨਾਲੇ ਵਿਆਹ ਕੀਤਾ ਇਹਨਾਂ ਨਾਲੇ ਵਿਆਹ ਕੀਤਾ ਇਹਨਾਂ ਨਾਲੇ ਪੜੇ ਹੋ ਇਹਨਾਂ ਦੀ ਪੜ੍ਹਾਈ ਕਰੀਏ ਮਤਲਬ ਵੀ ਇਹਨਾਂ ਨੂੰ ਕਿਵੇਂ ਚਾਰਨਾ ਹੈ ਕੀ ਕਰਨਾ ਹੈ ਕਦੋਂ ਬਿਠਾਣੀਆਂ ਨੇ ਕਦੋਂ ਠਾਲਦੀਆਂ ਇਹਨਾਂ ਦੇ ਮਾਸਟਰ ਆਪਾਂ ਬਣਾਉਂਦੇ ਆ ਅੱਛਾ ਇਹ ਸਾਨੂੰ ਪੜਾਉਂਦੀਆਂ ਸੀ ਇਹਨਾਂ ਨੂੰ ਪੜਾਉਂਦੇ ਆ ਠੀਕ ਹੈ ਇਹ ਵੀ ਚਾਰਨੀ ਕੋਈ ਸਿਖਾਲੀ ਥੋੜੀ ਹੈ ਦਾਦੇ ਦੀ ਉਮਰ ਆ ਗਈ ਇਹਨਾਂ ਦੀ ਲੰਘ ਗਈ ਹੈ ਠੀਕ ਹੈ ਹਾਂਜੀ ਸਹੀ ਤੇ ਉਰੇ ਕਿੰਨੇ ਸਾਲ ਦੇ ਹੋਣੇ ਮੰਡਾਲੀ ਸ਼ਰੀਫ ਉਰੇ ਜਦੇ ਜਦੇ ਜੰਮੇ ਆ ਅੱਛਾ ਉਦੋਂ ਹੀ ਮੇਲਾ ਭਰਦਾ ਹੈ ਉਦੋਂ ਬੱਕਰੀਆਂ ਦਾ ਹਾਂਜੀ ਸਾਡੇ ਜੰਮਣ ਤੋਂ ਪਹਿਲਾਂ ਦਾਦੇ ਪੜਦਾਦੇ ਆ ਗਏ ਇਹਨਾਂ ਜਦੇ ਜੰਮੇ ਇੱਥੇ ਆਉਂਦੇ ਰਹੇ ਆਉਂਦੇ ਜਾਂਦੇ ਰਹੇ ਨੇ ਠੀਕ ਹੈ ਜੀ ਤੇ ਉਸ ਟਾਈਮ ਦੇ ਵਿੱਚ ਉਰੇ ਵੱਧ ਬੱਕਰੀਆਂ ਆਉਂਦੀਆਂ ਸੀ ਜਾਂ ਉਦੋਂ ਪਹਿਲਾਂ ਜਿਆਦੇ ਆਉਂਦੀਆਂ ਜਿਆਦੇ ਆਉਂਦੀਆਂ ਹੁਣ ਕਿਉਂਕਿ ਮੀਂਹ ਤੋਂ ਡਰ ਜਾਂਦੇ ਜਿਸ ਤਰ੍ਹਾਂ ਮੀਂਹ ਤੋਂ ਡਰ ਗਏ ਕਿ ਚੋਰੀਆਂ ਤੋਂ ਡਰ ਗਏ ਕਿਉਂਕਿ ਚਿੱਟੇ ਵਾਲੇ ਤੁਹਾਨੂੰ ਪਤਾ ਹੀ ਅੱਜ ਕੱਲ ਠੀਕ ਕਰੋ ਸਿੱਧਾ ਚੱਕਵੇਂ ਮੱਥੇ ਵਾਲੀ ਭੀੜੀ ਸਿੰਗੀ ਵਾਲੀ ਭੀੜੀ ਸਿੰਗੀ ਵਾਲੀ ਠੀਕ ਹੈ ਇਹ ਤੋਏ ਤਾਂ ਮਤਲਬ ਫੈੜੇ ਆ ਹਲੇ ਹਾਂਜੀ ਹਾਂਜੀ ਸੂਈ ਨਹੀਂ ਹਾਂਜੀ ਨਹੀਂ ਬਾਜੀ ਦੋ ਦੰਦ ਹੋਣੀ ਦੋ ਹਾਂ ਹੋ ਗਏ ਹੋਣੀ ਦੋ ਦੰਦ ਦੋਂਦੀ ਆ ਦੋਂਦੀ ਹੈ ਦੋਂਦੀ ਕਹਿੰਦੇ ਨੇ ਬਾਈ ਇਹ ਦੋ ਦੰਦ ਨੂੰ ਠੀਕ ਹੈ ਬਾਬਾ ਹੋਰ ਗੱਲਬਾਤ ਦੱਸ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਆਪਣੇ ਰਾਜੂ ਗੋਡ ਫਾਰਮ ਦੇ ਅਫੀਸ਼ੀਅਲ ਯੂਟਿਊਬ ਚੈਨਲ ਉੱਪਰ ਸਵਾਗਤ ਹੈ ਜੀ ਤੇ ਅੱਜ ਆਪਾਂ ਪਹੁੰਚੇ ਹਾਂ ਬਹੁਤ ਹੀ ਮਸ਼ਹੂਰ ਬੱਕਰੀ ਮੇਲਾ ਜੋ ਕਿ ਮੰਡਾਲੀ ਸ਼ਰੀਫ ਦੇ ਵਿੱਚ ਭਰਦਾ ਹਰ ਸਾਲ ਦੀ ਤਰ੍ਹਾਂ ਜ਼ਰੂਰ ਵੱਧ ਤੋਂ ਵੱਧ ਅਗਲੇ ਸਾਲਾਂ ਤੋਂ ਵੀਰ ਪਹੁੰਚਿਆ ਕਰੋ ਬਹੁਤ ਹੀ ਚੰਗੀ ਬਰੀਡ ਦੀਆਂ ਬੱਕਰੀਆਂ ਆਉਂਦੀਆਂ ਨੇ ਹਨਾ ਪੁਰਾਣੀਆਂ ਬੱਕਰੀਆਂ ਤੇ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਬੱਕਰੀਆਂ ਦਾ ਹਾਲ ਚਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਹੋ ਹੋਰ ਹਾਲ ਚਾਲ ਹਾਂ ਰਾਜੀ ਖੁਸ਼ੀ ਭਾਜੀ ਵਧੀਆ ਸਭ ਪਰਿਵਾਰ ਹਾਂ ਸਭ ਠੀਕ ਠਾਕ ਬੱਕਰੀਆਂ ਆਪਣੀਆਂ ਹਾਂ ਜੀ ਭਾਜੀ ਰਾਜੀ ਮਾਲ ਪਸ਼ੂ ਰਾਜੀ ਖੁਸ਼ੀ ਭਾਜੀ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਅੱਜ ਮੇਲੇ ਤੇ ਸਾਡੀਆਂ ਸਾਰੀਆਂ ਆਪਣੀਆਂ ਭਾਜੀ ਹੋਣੀਆਂ ਸਾਡੀਆਂ 25 30 ਹੋਣੀਆਂ ਅੱਛਾ 25 30 ਬੱਕਰੀਆਂ ਲੈ ਕੇ ਆਏ ਹੋ ਹਾਂ ਜੀ ਤੋਰ ਕੇ ਲੈ ਕੇ ਆਏ ਜਾਂ ਆਪਾਂ ਗੱਡੀ ਗੁੱਡੀ ਚ ਗੱਡੀਆਂ ਚ ਆਏ ਭਾਜੀ ਗੱਡੀਆਂ ਚ ਦੂਰ ਪੈਂਦੀ ਆਪਾਂ ਨੂੰ ਬਾਟ ਹਾਂਜੀ ਹਾਂਜੀ ਦੂਰ ਨਵਾਂ ਸ਼ਹਿਰ ਵੀ ਆਪਾਂ ਅੱਛਾ ਨਵਾਂ ਸ਼ਹਿਰ ਠੀਕ ਹੈ ਤੇ ਕਿੰਨੇ ਨਵਾਂ ਸ਼ਹਿਰ ਪਿੰਡ ਲਗੜੋ ਹਾਂਜੀ ਲਗੜੋਆ ਹਾਂਜੀ ਲਗੜੋਆ ਪਿੰਡ ਠੀਕ ਹੈ ਨਵਾਂ ਸ਼ਹਿਰ ਠੀਕ ਹੈ ਕਿੰਨੀਆਂ ਬੱਕਰੀਆਂ 25 30 ਬੱਕਰੀਆਂ ਲੈ ਕੇ ਆਏ ਹੋ ਹਨਾ ਹਾਂਜੀ ਹਾਂਜੀ ਠੀਕ ਹੈ ਲੈ ਉੱਥੇ ਖੜੇ ਸਿੱਧਾ ਖੜੇ ਜਾ ਤੇ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਮੰਡਾਲੀ ਮੇਲਾ ਭਰਦਾ ਹੈ ਉਦਾਂ ਬੱਕਰੀਆਂ ਦਾ ਹਾਂਜੀ ਸਾਡੇ ਜੰਮਣ ਤੋਂ ਪਹਿਲਾਂ ਦਾਦੇ ਪੜਦਾਦੇ ਆ ਗਏ ਇਹਨਾਂ ਜਾਂਦੇ ਜੰਮੇ ਇੱਥੇ ਆਉਂਦੇ ਰਹੇ ਆਉਂਦੇ ਜਾਂਦੇ ਰਹੇ ਨੇ ਠੀਕ ਹੈ ਜੀ ਤੇ ਉਸ ਟਾਈਮ ਦੇ ਵਿੱਚ ਉਰੇ ਵੱਧ ਬੱਕਰੀਆਂ ਆਉਂਦੀਆਂ ਸੀ ਜਾਂ ਉਦੋਂ ਪਹਿਲਾਂ ਜਿਆਦੇ ਆਉਂਦੀਆਂ ਜਿਆਦੇ ਆਉਂਦੀਆਂ ਹੁਣ ਕਿਉਂਕਿ ਮੀਂਹ ਤੋਂ ਡਰ ਜਾਂਦੇ ਜਿਸ ਤਰ੍ਹਾਂ ਮੀਂਹ ਤੋਂ ਡਰ ਗਏ ਕਿ ਚੋਰੀਆਂ ਤੋਂ ਡਰ ਗਏ ਕਿਉਂਕਿ ਚਿੱਟੇ ਵਾਲੇ ਤੁਹਾਨੂੰ ਪਤਾ ਹੀ ਅੱਜ ਕੱਲ ਸਮਾਂ ਗੱਲ ਤਾਂ ਇਕੱਲੇ ਬੰਦੇ ਦਾ ਸਮਾਂ ਹੈ ਨਹੀਂ ਠੀਕ ਹੈ ਸਹੀ ਗੱਲ ਹੈ ਜੀ ਚਿੱਟੇ ਦਾ ਚੋਰਾਂ ਦਾ ਅੱਜ ਕੱਲ ਜਿਆਦੇ ਆ ਇੱਧਰ ਇਸੇ ਰੀ ਸਾਰੇ ਸਾਰੇ ਪਾਸੇ ਹੀ ਸਾਰੇ ਪਾਸੇ ਆ ਜਾਣੀ ਕਿ ਬੱਕਰੀ ਛੱਡਦਾ ਨਹੀਂ ਕੋਈ ਚੱਕ ਕੇ ਮੋਟਰਸਾਈਕਲ ਤੇ ਭੱਜ ਜਾਂਦਾ ਅਗਲਾ ਪਿੱਛੋਂ ਕੀ ਕਰ ਲੂ ਮਗਰੋਂ ਕੀ ਕਰ ਲੂ ਗੱਲਾਂ ਠੀਕ ਹੈ ਤੇ ਬੱਕਰੀਆਂ ਦਿਖਾਓ ਤੁਹਾਡੀਆਂ ਤੇ ਆਹ ਆ ਗਈ ਬੱਕਰੀ ਇਹ ਕਿਵੇਂ ਹੈ ਇਹ ਬਾਕੀ ਵਧੀਆ ਭਾਜੀ ਕਿੰਨੇ ਦੰਦ ਹੈ 8 ਦੰਦ ਆ ਭਾਜੀ ਅੱਛਾ ਕਿੰਨੇ ਸੂਏ ਲੈ ਲਏ ਤੂੰ ਇਹਦੇ ਦੋ ਲੈ ਲਏ ਆ ਦੋ ਪਿੱਛੇ ਦੇ ਕੇ ਆਏ ਜੀ 4 ਸੂਏ ਅੱਛਾ 4 ਸੂਏ ਹੈ ਬੱਕੇ ਬੱਚੇ ਬੱਚੇ ਕਿਵੇਂ ਆਉਂਦੇ ਨੇ ਬਹੁਤ ਵਧੀਆ ਜੀ ਕਾਲੀ ਡੱਬੀ ਹੈ ਹਨਾ ਕਾਲੀ ਡੱਬੀ ਬੱਚੇ ਕਾਲੇ ਡੱਬੇ ਵੀ ਆ ਜਾਂਦੇ ਹੁਣ ਵਿੱਚ ਦੀ ਪੱਠਾ ਪੁੱਠਾ ਚੰਗੀਆਂ ਪਾਉਂਦੀ ਹੋ ਹਾਂ ਜੀ ਹਾਂ ਜੀ ਤੇ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਉਹਦੇ ਤੇ ਲੱਗਾ 3 ਕਿਲੋ ਭਾਜੀ 3 ਕਿਲੋ ਸਹੀ ਗੱਲ ਹੈ 3 ਕਿਲੋ ਬਾਹਰ ਦੀ ਚਰਾਈ ਤੇ ਹਾਂਜੀ ਹਾਂਜੀ ਜੇ ਘਰੇ ਪਾਈਏ ਤਾਂ ਵੱਧ ਵੀ ਸਕਦੀ ਹੈ 3.5 4 ਤੇ ਜਾ ਸਕਦੀ ਹੈ ਤਾਜ਼ੀ ਸੂਈ ਬੱਕਰੀ ਹਾਂਜੀ
ਠੀਕ ਹੈ, ਸਹੀ ਗੱਲ ਕਹੀ ਆ ਬਾਈਆਂ ਨੇ, ਕੋਈ ਗਪਾਉੜ ਨਹੀਂ ਮਾਰਿਆ 5 ਲੀਟਰ 6 ਲੀਟਰ ਵਾਲਾ, ਕੱਢਣਾ ਬਹੁਤ ਔਖਾ ਹੈ ਨਾ, ਬਹੁਤ ਔਖਾ ਕੱਢਣਾ, ਉਹਨਾਂ ਦੇ ਘਰ ਬਹੁਤ ਦੂਰ ਨੇ ਬਾਈ 5-6 ਲੀਟਰ ਵਾਲੀਆਂ ਦੇ, ਤੇ ਇਹਨੂੰ ਛੱਡ ਦੋ, ਹੋਰ ਲਿਆਓ ਬੱਕਰੀ, ਆਪਣਾ ਬੱਗੀ ਬੱਕਰੀ ਲਿਆਓ, ਬੱਗੀ ਚਿੱਟੀ ਕਬੂਤਰੀ, ਇਹ ਆ ਗਈ ਚਿੱਟੀ ਕਬੂਤਰੀ, ਤੇ ਆਹ ਰੰਗ ਕਿਵੇਂ ਲਾਤਾ ਇਹਦੇ? ਇਹ ਬਾਬਿਆਂ ਦੀ ਮਹਿੰਦੀ ਹੈ। ਅੱਛਾ, ਮਹਿੰਦੀ ਲਾਈ ਹੈ ਬਾਬਿਆਂ ਦੀ, ਠੀਕ ਹੈ। ਇਹ ਚਿੱਟੀ ਆ ਗਈ ਹਨਾ, ਇਹ ਵੀ ਘਰ ਦੀ ਰੱਖੀ ਹੋਈ ਹੈ, ਘਰ ਦੀ ਰੱਖੀ ਹੋਈ ਹੈ, ਇਹ ਵੀ ਮੁੱਲੇ ਲਿਆਉਂਦੀ ਹੈ ਤਾਂ। ਅੱਛਾ, ਮੁੱਲ ਲਿਆਉਂਦੀ ਹੈ, ਵੇਚਣ ਲੈਣ ਦਾ ਕੰਮ ਕਰਦੇ ਹੋ? ਹਾਂ ਜੀ, ਲੈਣ ਦੇਣ ਦਾ। ਅੱਛਾ, ਵੇਚ ਵੀ ਲੈਣੇ ਹੋ, ਲੈ ਵੀ ਲੈਣੇ ਹੋ, ਠੀਕ ਹੈ। ਇਹ ਹੁਣ ਵੇਚਣੀ ਹੈ? ਵੇਚ ਦਵਾਂਗੇ। ਕੀ ਮੁੱਲ ਬਾੜੀ ਇਹਦੀ? ਇਹਦਾ ਹੈਗਾ 30,000 ਰੁਪਏ ਕੋਈ। 30,000? ਬੱਚਾ ਬੱਚਾ ਕੋਈ ਨਹੀਂ ਹੈ ਜੀ, ਤੋਕੜ ਹੈ, ਗੱਬਣ ਕੋਈ ਫੰਡਰਾ ਜਰਾ ਬੱਚਾ ਲਾਤਾ ਹੁਣ। ਅੱਛਾ, ਲਾਤਾ, ਠੀਕ ਹੈ। ਤੇ ਮੌਕੇ ਤੇ ਲੈਣ ਦੇਣ ਕੋਈ ਘੱਟ ਵੱਧ? ਬੁੜਾ ਇਹ ਮਾਲ ਚ ਰੱਖੀ ਹੋਈ ਹੈ। ਠੀਕ ਹੈ ਬੁੜਾ, ਇਹਦਾ ਮੇਲਾ ਦਿਖਾਉਣ ਆਇਆ ਸੂਪੀ ਇਹ? ਹਾਂ ਜੀ, ਸੂਆ ਦਿੱਤਾ ਹੁਣ ਦੁਬਾਰਾ ਫੇਰ ਹੋਈ। ਕਿੰਨੇ ਬੱਚੇ ਦਿੱਤੇ ਨੇ ਪਹਿਲੇ ਸੂਏ? ਦੋ ਦਿੱਤੇ, ਛੇਲੀ ਛੇਲਾ। ਦੋ ਛੇਲੀ ਛੇਲਾ, ਉਹ ਵੀ ਰੱਖ ਰੱਖੇ ਨੇ ਕੀ ਵੇਚਦੇ? ਉਹ ਵੇਚ ਦਿੱਤੇ। ਅੱਛਾ, ਹੋਰ ਦਿਖਾ ਬੱਕਰੀ ਦੀ ਯਾਰ। ਅੱਛਾ, ਬੱਕੀ ਫੜ ਕੇ ਲੈ ਲਈ ਚਾਰ ਬਾਬਾ ਬੱਕਰੀਆਂ ਆ ਗਿਆ, ਫੜ ਕੇ ਹੋਰ ਲੈ ਲਵਾਂਗਾ ਕੋਈ, ਲੈ ਹੀ ਚੱਲ ਬੱਕੀ ਜਾਣਾ ਬੱਕਰੀਆਂ। ਇਹ ਵੀ ਤੋਤਾ ਨੱਕੀ ਆ ਗਈ, ਬੜਾ ਨੱਕ ਹੈ ਪੱਠ ਦਾ, ਇਹ ਵੀ ਪਹਿਲੇ ਦੂਜੀ ਹੋਣੀ, ਇਹ ਘਰ ਦੀ ਛੇਲੀ ਪਾਲੀ ਜੀ। ਅੱਛਾ, ਨੱਕ ਬਹੁਤ ਨੇ ਪੱਠਾਂ ਦੇ ਤੇਰੀਆਂ ਦੇ, ਫੜ ਕੇ ਇਹ ਕਿੱਥੋਂ ਲਿਆਂਦੇ ਨੇ ਤਾਂ ਨੱਕ? ਘਰ ਦੀਆਂ ਪਾਲੀਆਂ, ਅੰਮ੍ਰਿਤਸਰੀ ਆ। ਅੱਛਾ, ਠੀਕ ਹੈ। ਜਮਾਂ ਕਾਲੀ ਡੰਜ ਹੈ ਇਹ, ਆ ਬੂਰ ਕੰਨੀ ਆ ਗਈ ਹਨਾ, ਉਹਨੂੰ ਵੀ ਬਣਾ ਦੇ ਹੁਣ, ਇਹ ਵੀ ਨੱਕ ਹੈ ਹਨਾ, ਕੋਈ ਨਾ ਤੇਰੇ ਵਾਲੀ ਬਣਾ ਦਿੰਦੇ ਆ। ਹੋਰ ਲਿਆ ਤੇਰੀਆਂ, ਦਿਖਾ ਪੰਜ ਚਾਰ, ਫੜ ਕੇ ਪੱਠਾ ਦੇ। ਆ ਜਾ ਆ ਜਾ, ਉਹਨੂੰ ਦਿਖਾ ਦੇ ਬਾਈ, ਇੱਕ ਆ ਬੂਰੀ ਜੀ ਲਿਆ, ਬੂਰੀ ਜੀ ਆ, ਛੇਰੀ ਆ, ਝੰਮੇ ਵਾਲੀ ਛੇਰੀ ਬੂਰੀ ਜੀ, ਆ ਦੇਖ ਬਾਈ ਹੈ, ਜਮਾਂ ਤਸਵੀਰ ਹੀ ਲਾ ਰੱਖੀਆਂ ਨੇ ਹਨਾ। ਹਾਂ ਜੀ, ਨਾਗ ਫਣੀ, ਨਾਗ ਫਣੀ ਵਰਗੇ ਕੰਨ ਹਨਾ, ਤੇ ਦੇਖ ਸਕਦੇ ਹੋ ਨੱਕ ਨੂੰ, ਕੱਖ ਉੱਖ ਦਾ ਤਾਂ ਨੀ ਚੱਕਰ ਮੰਨਦਾ ਬਾਬਾ, ਨਾ ਨਾ ਨਾ, ਲਾਲ ਹੋਵੇ ਜੇ, ਚਿੱਟੀ ਹੋਵੇ ਜੇ, ਲਾਲ ਹੋਵੇ ਜੇ, ਬਦਾਮੀ ਹੋਵੇ ਹੈ, ਦੁੱਧ ਚਾਹੀਦਾ, ਦੁੱਧ ਚਾਹੀਦਾ, ਅੱਖ ਚ ਕੋਈ ਨਹੀਂ, ਠੀਕ ਆ। ਕੱਦ ਗਾਠ, ਫਿਰ ਕੱਦ ਗਾਠ ਮਿਲਦੀ? ਕੱਦ ਗਾਠ ਨਹੀਂ ਮਿਲਦੀ ਅਸੀਂ ਨਹੀਂ। ਅੱਛਾ, ਅਸੀਂ ਨਹੀਂ ਕਦੀ ਮਿਲਦੇ, ਦੁੱਧ ਹੋਵੇ ਕਦੀ, ਦੁੱਧ ਹੋਣੇ ਚਾਹੀਦਾ, ਬਰੀਕ ਹੋਵੇ, ਬੱਕਰੀ ਜਾਤ ਚਮੜੀ ਦੀ ਬਰੀਕ ਦੀ। ਅੱਛਾ, ਆ ਲਿਆ ਫਿਰ ਤੇਰੀ ਬੱਕਰੀ, ਇਹ ਕਿਹੜੀ ਬੱਕਰੀ ਬਣ ਵੱਜਦੀ ਹੈ? ਇਹ ਵੀ ਤੋਤਾਪੁਰੀ ਆ, ਤੋਤਾਪੁਰੀ, ਹਾਂ, ਜਖਰਾਣੇ ਵਾਲੀ ਨਸਲ ਆ, ਹਾਂ, ਬੂਰ ਕੰਨੀ, ਹਾਂ, ਇਹ ਬੂਰ ਕੰਨੀ ਹੈ, ਬੂਰ ਕੰਨੀ, ਇਹਨਾਂ ਥੱਲੇ ਕਹਿੰਦੇ ਦੁੱਧ ਬਹੁਤ ਹੁੰਦਾ ਹੈ। ਹਾਂਜੀ ਹਾਂਜੀ, ਕਿੰਨਾ ਕੁ ਦੇ ਦਿੰਦੀ ਹੈ ਇਹ? ਇਹਦਾ ਬੱਚਾ ਅੱਜ ਪਹਿਲਾਂ ਪਾਠਵਾ ਹੋਊਗਾ, 2-2.5 ਕਿਲੋ ਹੋਊਗਾ। ਅੱਛਾ, ਪਹਿਲੜ ਪਾਠਾ ਹੈ, ਪਹਿਲੜ, ਠੀਕ ਹੈ, ਛੱਡ ਦੇ ਬਾਈ। ਆ ਪੂਰੀ ਸ਼ੇਰੀ ਆ ਗਈ ਹੈ, ਇਹ ਵੀ ਵਿੱਚ ਬੂਰ ਕੰਨੇ ਨੇ ਹਨਾ, ਇਹ ਕਿੰਨੇ ਸੂਏ ਲੈ ਲਏ ਤੂੰ? ਇਹ ਤੀਜੇ ਸੂ ਆ, ਤੀਜੇ ਸੂ, ਇਹ ਵੀ ਵੇਚਦਾ? ਨਹੀਂ ਨਹੀਂ ਵੇਚਦਾ, ਇਹ ਨਹੀਂ ਵੇਚਦਾ, ਅਸੀਂ ਆਪ ਖਰੀਦ ਕੇ ਲਿਆਂਦੀ ਆ। ਅੱਛਾ, ਕਿੰਨੇ ਦੀ ਲਿਆਂਦੀ ਹੈ ਤੈਂ? ਇਹ 27,000 ਦੀ, 27,000, ਬੱਚਾ ਬੱਚਾ ਕੋਈ ਹੈਗੇ ਆ ਬੱਚੇ ਘਰ ਵਾ? ਅੱਛਾ, ਇਹ ਠੀਕ ਮਿਲ ਗਈ ਤੈਨੂੰ ਫਿਰ, ਚੱਕ ਬੁੜੇ ਨੇ 27,000 ਦੀ ਲਿਆਂਦੀ ਹੈ। ਇੱਕ ਆ ਆ ਗਈ ਉੱਚੇ ਮੱਥੇ ਵਾਲੀ ਹੈ, ਚੱਕਵੇਂ ਮੱਥੇ ਵਾਲੀ, ਇਹ ਚੱਕਵੇਂ ਮੱਥੇ ਵਾਲੀ ਭੀੜੀ ਸਿੰਗੀ ਵਾਲੀ, ਭੀੜੀ ਸਿੰਗੀ ਵਾਲੀ, ਠੀਕ ਹੈ। ਇਹ ਤੋਏ ਤਾਂ ਮਤਲਬ ਫੈੜੇ ਆ ਹਲੇ? ਹਾਂਜੀ ਹਾਂਜੀ, ਸੂਈ ਨਹੀਂ? ਹਾਂਜੀ ਨਹੀਂ ਬਾਜੀ, ਦੋ ਦੰਦ ਹੋਣੀ, ਹੋਰ ਕੰਮ ਤਾਂ ਨੀ ਕਰਿਆ ਕੋਈ ਬੱਕਰੀਆਂ ਤੋਂ ਇਲਾਵਾ? ਬੱਕਰੀ ਚਾਰ ਵਿਆਹ ਹੋਇਆ, ਬੱਚੇ ਇਹਨਾਂ ਤੋਂ ਹੀ ਪਾਲੇ ਨੇ, ਸਾਰਾ ਕੰਮ ਇਹਨਾਂ ਤੋਂ, ਸਾਰਾ ਕੁਛ।
ਬੱਚੇ ਪੜ੍ਹਾਈ ਵੀ ਲਿਖਾਈ ਹੋਰ ਏਦੂ ਇਲਾਵਾ ਕੋਈ ਕੰਮ ਨਹੀਂ ਠੀਕ ਹੈ ਬਾਬੇ ਦਾ ਜ਼ਿੰਦਗੀ ਚ ਬੱਕਰੀਆਂ ਜਾ ਰਹੀਆਂ ਬੱਕਰੀਆਂ ਬਾਬਿਆਂ ਨੇ ਧਿਆ ਦਿੱਤਾ ਬਾਬੇ ਫਿਰ ਟਾਈਮ ਪਾਸ ਕਰ ਜਾਂਦੇ ਠੀਕ ਹੈ ਤੇ ਆ ਸ਼ੇਰੀ ਆ ਗਈ ਹਨਾ ਆ ਗਈ ਸ਼ੇਰੀ ਮਦਰੀ ਸ਼ੇਰੀ ਠੀਕ ਹੈ ਮਦਰੀ ਸ਼ੇਰੀ ਮਦਰੀ ਤੋਂ ਕੀ ਲੈਣਾ ਦੁੱਧ ਹੋਣਾ ਚਾਹੀਦਾ ਕਹਿੰਦੇ ਦੁੱਧ ਵਧੀਆ ਇਸਲੇ ਠੀਕ ਹੈ ਕਿੰਨਾ ਕੁ ਦੇ ਦਾਂਗੇ ਦੋ ਸ਼ੇਰੀਆਂ ਪਾਲੀਆਂ ਨੇ ਘਰ ਇਹਦੀ ਸ਼ੇਰੀ ਦੋ ਸ਼ੇਰੀਆਂ ਕੱਲੀ ਨੇ ਪਿਓਰ ਤੋਤਾ ਪਰ ਜਾਣਾ ਅੱਛਾ ਠੀਕ ਹੈ ਇਹਨਾਂ ਵਿੱਚ ਰੱਖੀਆਂ ਠੀਕ ਹੈ ਤੇ ਕਾ ਆ ਗਈ ਬੂਰੀ ਇਹ ਕੰਨ ਕੱਟੀ ਢੋਲੀ ਆ ਢੋਲੀ ਬੂਰੀ ਢੋਲੀ ਸਾਦੇ ਅੱਛਾ ਇਹਨੂੰ ਢੋਲੀ ਕਹਿੰਦਾ ਬੁੜਾ ਦੇਖ ਸਾ ਪਿਓਰ ਲਾਲ ਸੀ ਢੋਲੀ ਆ ਹਾਂ ਇਹਦੇ ਬੂਰ ਪੈ ਗਿਆ ਇਹ ਵੀ ਪੁਰਾਣੀਆਂ ਬੱਕਰੀਆਂ ਚੋਂ ਕੰਮ ਹੋ ਗਿਆ ਖਰਾਬ ਦੇਖ ਸਕਦੇ ਹੋ ਬਾਈ ਤੇ ਧੰਨਵਾਦ ਕਰਦੇ ਆ ਬਾਬੇ ਨੰਬਰ ਬੋਲਦੇ ਜਰਾ 9501282 ਇੱਕ ਵਾਰ ਹੋਰ ਬੋਲ 9501282 ਠੀਕ ਆ ਧੰਨਵਾਦ ਕਰਦੇ ਆ ਬਾਬੇ ਦਾ ਵੀਡੀਓ ਬਣਵਾਉਣ ਵਾਸਤੇ ਤੇ ਕੱਟ ਦੇ ਧੰਨਵਾਦ।